ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਸੋਨੇ ਦਾ ਚੌਥਾ ਦਰਵਾਜ਼ਾ ਵੀ ਲੱਗ ਚੁੱਕਿਆ। ਇਸ ਤੋਂ ਪਹਿਲਾਂ ਸੰਗਤਾਂ ਦੇ ਸਹਿਯੋਗ ਦੇ ਨਾਲ ਤਿੰਨ ਦਰਵਾਜ਼ੇ ਪਹਿਲਾਂ ਤੋਂ ਲੱਗ ਚੁੱਕੇ ਨੇ, ਤਾਂ ਹੁਣ ਸੋਨੇ ਦਾ ਚੌਥਾ ਦਰਵਾਜ਼ਾ ਵੀ ਭੌਰਾ ਸਾਹਿਬ ਦੇ ਵਿੱਚ ਲੱਗ ਚੁੱਕਿਆ। ਇਸ ਮੌਕੇ 'ਤੇ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ, ਜਿਨ੍ਹਾਂ ਨੇ ਕਿਹਾ ਕਿ ਸ਼ਹੀਦੀ ਸਥਾਨ ਗੁਰਦੁਆਰਾ ਫਤਿਹਗੜ੍ਹ ਸਾਹਿਬ ਭੌਰਾ ਸਾਹਿਬ ਦੇ ਵਿੱਚ ਸਿੱਖ ਸੰਗਤ ਵੱਲੋਂ ਚੌਥੇ ਦਰਵਾਜ਼ੇ ਦੀ ਸੇਵਾ ਕੀਤੀ ਗਈ, ਜੋ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇਸ ਲਈ ਗੁਰੂ ਸਾਹਿਬ ਇਸੇ ਤਰ੍ਹਾਂ ਸਿੱਖ ਸੰਗਤ ਤੋਂ ਸੇਵਾ ਲੈਂਦੇ ਰਹਿਣ ਅਤੇ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ। ਸੋਨੇ ਦੇ ਦਰਵਾਜ਼ੇ ਦੀ ਸੇਵਾ ਕਰਨ ਵਾਲੇ ਸੇਵਾਦਾਰਾਂ ਦੇ ਵਿੱਚ ਗੁਰਵਿੰਦਰ ਸਿੰਘ ਨੇ ਕਿਹਾ ਕਿ ਸਾਹਿਬਜ਼ਾਦਿਆਂ ਵੱਲੋਂ ਇਹ ਸੇਵਾ ਆਪ ਸੰਗਤਾਂ ਤੋਂ ਕਰਵਾਈ ਗਈ ਹੈ। ਤਾਂ ਦੱਸਦੇ ਕਿ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਸਥਾਨ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸਮੂਹ ਸੰਗਤ ਵੱਲੋਂ ਭੌਰਾ ਸਾਹਿਬ ਦੇ ਵਿੱਚ ਸੋਨੇ ਦਾ ਚੌਥਾ ਦਰਵਾਜ਼ਾ ਵੀ ਲਗਾ ਦਿੱਤਾ ਗਿਆ। ਇਸ ਤੋਂ ਪਹਿਲਾਂ ਸੰਗਤਾਂ ਦੇ ਸਹਿਯੋਗ ਦੇ ਨਾਲ ਪਹਿਲਾਂ ਤੋਂ ਸੋਨੇ ਦੇ ਤਿੰਨ ਦਰਵਾਜ਼ੇ ਇੱਥੇ ਲੱਗ ਚੁੱਕੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦਾਂ ਨੇ ਬਹੁਤ ਭਾਰੀ ਭਾਰ ਉਪਕਾਰ ਕੀਤਾ ਹੈ। ਸਤਿਕਾਰਯੋਗ ਗੁਜਰੀ ਮਾਤਾ ਗੁਜਰੀ ਕੌਰ ਜੀ, ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ, ਬਾਬਾ ਫਤਿਹ ਸਿੰਘ ਸਾਹਿਬ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਸਰਹੰਦ ਵਿਖੇ ਗੁਰਮੁਖ ਪਿਆਰਿਆਂ ਅਤੇ ਸਤਿਗੁਰਾਂ ਨੂੰ ਬਿਰਾਮਦ ਕਰਕੇ ਜੋ ਪਾਵਨ ਅਸਥਾਨ 'ਤੇ ਸੋਨੇ ਦੇ ਦਰਵਾਜ਼ਿਆਂ ਦੀ ਜਿਹੜੀ ਸੇਵਾ ਹੈ ਉਹ ਲਈ ਹੈ, ਔਰ ਅੱਜ ਜਿਹੜੇ ਸੋਨੇ ਦੀਆਂ ਜਿਹੜੀ ਚੋਰੀ ਸੀਗੀ ਉਹ ਚੜ੍ਹਾਈ ਗਈ ਹੈ, ਸਿੱਖਾ ਦਰਵਾਜ਼ਾ ਉਹ ਚੜ੍ਹਾਇਆ ਗਿਆ। ਉਹਦੇ ਚਰਨਾਂ ਵਿੱਚ ਅਰਦਾਸ ਹੋਈ ਹੈ, ਸੰਗਤਾਂ ਜੁੜੀਆਂ ਨੇ, ਸਤਿਗੁਰੂ ਮਿਹਰ ਕਰਨ, ਸਮੁੱਚੀ ਸੰਗਤ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਸੇਵਾਵਾਂ ਦਿੰਦੇ ਰਹੇ। ਸੋ ਇੱਥੇ ਸੇਵਾ ਹੋਈ ਹੈ ਫਤਿਹਗੜ੍ਹ ਸਾਹਿਬ, ਸਾਹਿਬਜ਼ਾਦਿਆਂ ਨੇ ਕਿਰਪਾ ਕੀਤੀ ਹੈ, ਸੋਨੇ ਦੇ ਦਰਵਾਜ਼ਿਆਂ ਦੀ ਸੇਵਾ ਹੋਈ ਹੈ ਜੀ। ਤਿੰਨ ਦਰਵਾਜ਼ਿਆਂ ਦੀ ਸੇਵਾ ਪਹਿਲਾਂ ਮਹਾਰਾਜ ਨੇ ਕਿਰਪਾ ਕਰਕੇ ਸੰਗਤ ਦੇ ਸਿਰ 'ਤੇ ਹੱਥ ਰੱਖ ਕੇ ਲਿੱਤੀ ਹੈ ਜੀ। ਅੱਜ ਰਹਿੰਦਾ ਦਰਵਾਜ਼ਾ ਜਿਹੜਾ ਚੌਥਾ ਹੈਗਾ ਉਹਦੀ ਸੇਵਾ ਹੋਈ ਹੈ, ਉਹਦੇ ਵਿੱਚ ਹਾਜ਼ਰੀ ਸਿੰਘ ਸਾਹਿਬ ਜੀ ਨੇ ਵੀ ਭਰੀ ਹੈ। ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਜਿੰਨੀ ਵੀ ਸੇਵਾ ਲਈ ਹੈ ਉਹ ਸਾਹਿਬਜ਼ਾਦਿਆਂ ਨੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਲਿੱਤੀ ਹੈ ਜੀ, ਸਾਰੀ ਸੰਗਤ ਦੇ ਸੰਯੋਗ ਨਾਲ ਹੋਈ ਹੈ ਜੀ, ਅਤੇ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ, ਮੈਂ ਅੱਜ ਫਤਿਹਗੜ੍ਹ ਸਾਹਿਬ ਦੀ ਪਾਵਨ ਪਵਿੱਤਰ ਧਰਤੀ 'ਤੇ ਬਹੁਤ ਪਰਮੇਸ਼ਰ ਨੇ, ਸੱਚੇ ਪਾਤਸ਼ਾਹ ਨੇ ਵੱਡੀ ਕਿਰਪਾ ਕੀਤੀ ਹੈ। ਗੁਰਮਿੰਦਰ ਸਿੰਘ ਨੇ, ਭਾਈ ਸਾਹਿਬ, ਉਹਨਾਂ ਨੇ ਪਹਿਲਾਂ ਭੋਰਾ ਸਾਹਿਬ 'ਤੇ ਤਿੰਨ ਦਰਵਾਜ਼ਿਆਂ ਦੀ ਜਿਹੜੀ ਸੇਵਾ ਪਹਿਲਾਂ ਕੀਤੀ ਸੀਗੀ, ਚੌਥਾ ਦਰਵਾਜ਼ਾ ਜਿਹੜਾ ਅੱਜ ਜੋੜੀ ਉਹ ਅੱਜ ਭੋਰਾ ਸਾਹਿਬ ਸੇਵਾ ਸੰਪੂਰਨ ਹੋਈ ਹੈ। ਸਿੰਘ ਸਾਹਿਬ, ਅਕਾਲ ਤਖ਼ਤ ਜਥੇਦਾਰ ਸਾਹਿਬ ਆਨੰਦਪੁਰ ਸਾਹਿਬ ਤੋਂ, ਹੋਰ ਜਿਹੜੀਆਂ ਸਿੱਖ ਪੰਥ ਦੀਆਂ ਮਹਾਨ ਸ਼ਖਸੀਅਤਾਂ ਜਿਹੜੀਆਂ ਅੱਜ ਪਹੁੰਚੀਆਂ ਸੀਗੀਆਂ, ਜਿਹੜੇ ਚਾਰੇ ਦਰਵਾਜ਼ੇ ਜਿਹੜੇ ਹੇਠਾਂ ਅੱਜ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਸੋਨੇ ਦੇ ਜਿਹੜੇ ਅੱਜ ਉਸ ਪਰਿਵਾਰ ਵੱਲੋਂ ਸੇਵਾ ਸੰਪੂਰਨ ਹੋਈ, ਬਹੁਤ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਪਰਿਵਾਰ 'ਤੇ ਸੇਵਾ ਲਈ। ਪਰਮਾਤਮਾ ਪਰਿਵਾਰ 'ਤੇ ਸਿਰ 'ਤੇ ਮਿਹਰ ਪ੍ਰਿਆਤ ਰੱਖੇ, ਕੌਮ ਨੂੰ, ਦੇਸ਼ ਕੌਮ ਦੀ ਸੇਵਾ ਸੰਗਤ ਇਸੇ ਤਰ੍ਹਾਂ ਬਖਸ਼ਦਾ ਰਹੇ। ਇਹ ਮੋਹਾਲੀ ਤੋਂ ਨੇ ਜੀ, ਇਹ ਰੀਅਲ ਸਟੇਟ ਦਾ ਕੰਮ ਕਰਦੇ ਨੇ, ਤੇ ਉਹਨਾਂ ਵੱਲੋਂ ਜਿਹੜੀ ਇਹ ਅੱਜ ਜਿਹੜੀ ਸੇਵਾ ਇਹ ਸੰਪੂਰਨ ਹੋਈ ਹੈ, ਤੇ ਹੁਣ ਇਹਨਾਂ ਨੇ ਅਗਲੀ ਜਿਹੜੀ ਸੇਵਾ
ਜੋਤੀ ਸਰੂਪ ਗੁੰਮਟ ਤੇ ਜਿਹੜੀ ਇਹਨਾਂ ਨੇ ਆਰੰਭਤਾ ਕਰਨੀ ਹੈ ਸੋਨੇ ਦੀ ਜਿਹੜੀ ਸੇਵਾ ਹੈ।